ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਅੰਬੈਸਡਰ ਪੁਆਇੰਟ ਦੇ ਵਿੱਚ। SST ਵਿਸ਼ੇ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਤਾਂ ਹੀ ਰਲੀ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ। ਔਰ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਪ੍ਰਸ਼ਨ। ਆਪਣੇ ਕੋਲ ਪਹਿਲਾ ਪ੍ਰਸ਼ਨ ਹੈ, ਇਸ ਤੋਂ ਪਹਿਲਾਂ ਆਪਾਂ ਨੇ 45 ਤੱਕ ਪ੍ਰਸ਼ਨ ਸੋਲਵ ਕੀਤੇ ਸੀ ਅਤੇ ਹੁਣ ਅੱਗੇ ਦੇਖਦੇ ਹਾਂ। ਪ੍ਰਸ਼ਨ ਨੰਬਰ ਸੰਖਿਆ 46 ਕਿ ਯੂ ਐਨ ਓ ਹੋਂਦ ਵਿੱਚ ਕਦੋਂ ਆਇਆ। ਠੀਕ ਹੈ ਜੀ, ਤਾਂ UNO ਜਿਹੜਾ ਹੈ ਇਹ ਸਟੈਂਡ ਕਰਦਾ ਹੈ ਯੂਨਾਈਟਡ ਨੇਸ਼ਨਸ ਔਰਗਨਾਈਜੇਸ਼ਨ। ਠੀਕ ਹੈ ਜੀ, ਯੂਨਾਈਟਡ ਨੇਸ਼ਨਸ ਔਰਗਨਾਈਜੇਸ਼ਨ ਦੇ ਨਾਲ, ਠੀਕ ਹੈ, UNO ਸਟੈਂਡ ਕਰਦਾ ਹੈ। ਅਤੇ ਇਹ ਹੋਂਦ ਦੇ ਵਿੱਚ ਕਦੋਂ ਆਇਆ? ਤਾਂ ਹੋਂਦ ਦੇ ਵਿੱਚ ਆਇਆ ਸੀ ਇਹ 24 ਅਕਤੂਬਰ 1945 ਨੂੰ। ਠੀਕ ਹੈ, 24 ਅਕਤੂਬਰ 1945 ਨੂੰ। ਨੈਕਸਟ ਪ੍ਰਸ਼ਨ ਦੇਖੋ, ਯੂਨੈਸਕੋ ਦਾ ਮੁੱਖ ਦਫ਼ਤਰ ਕਿੱਥੇ ਹੈ? ਯੂਨੈਸਕੋ ਦਾ ਮੁੱਖ ਦਫ਼ਤਰ ਹੈ ਇਹ ਹੈ ਪੈਰਿਸ ਦੇ ਵਿੱਚ। ਠੀਕ ਹੈ ਜੀ, ਯੂਨੈਸਕੋ ਦਾ ਮੁੱਖ ਦਫ਼ਤਰ ਪੈਰਿਸ ਦੇ ਵਿੱਚ ਸਥਿਤ ਹੈ। ਜੇ ਹੁਣ ਗੱਲ ਕਰੀਏ ਕਿ ਯੂਨੈਸਕੋ ਕਿਹਦੇ ਨਾਲ ਸਟੈਂਡ ਕਰਦਾ, ਯੂਨੈਸਕੋ ਜਿਹੜਾ ਹੈ ਇਹ ਸਟੈਂਡ ਕਰਦਾ ਹੈ ਦਾ ਯੂਨਾਈਟਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਔਰਗਨਾਈਜੇਸ਼ਨ ਦੇ ਨਾਲ। ਠੀਕ ਹੈ ਜੀ, ਇਹ ਇਸਦੀ ਫੁੱਲ ਫੋਰਮ ਹੈ ਯੂਨੈਸਕੋ ਦੀ, ਦਾ ਯੂਨਾਈਟਡ ਨੇਸ਼ਨਸ ਐਜੂਕੇਸ਼ਨਲ ਐਸ ਫੋਰ ਸਾਇੰਟਿਫਿਕ ਐਂਡ ਕਲਚਰਲ ਔਰਗਨਾਈਜੇਸ਼ਨ। ਠੀਕ ਹੈ ਜੀ, ਤਾਂ ਵਰਤਮਾਨ ਟਾਈਮ ਦੇ ਵਿੱਚ ਇਹਦੇ 194 ਦੇ ਲਗਭਗ ਦੇਸ਼ ਸਦੱਸ ਨੇ ਅਤੇ 12 ਜਿਹੜੇ ਹੈਗੇ ਨੇ ਉਹਦੇ ਸਹਿ ਸਦੱਸ ਨੇਗੇ। ਠੀਕ ਹੈ ਜੀ, ਅਤੇ ਮੁੱਖ ਦਫ਼ਤਰ ਕਿੱਥੇ ਆ? ਉਹ ਹੈ ਪੈਰਿਸ ਦੇ ਵਿੱਚ। ਠੀਕ ਹੈ, ਆਪਸ਼ਨ ਸੀ ਇਸਦਾ ਸਹੀ ਹੈ। ਕਿਸ ਦੇਸ਼ ਕੋਲ UNO ਦੀ ਸੁਰੱਖਿਆ ਪਰਿਸ਼ਦ ਵਿੱਚ ਵਿਟੋ ਪਾਵਰ ਨਹੀਂ ਹੈ? ਕਿਸ ਦੇਸ਼ ਦੇ ਕੋਲ UNO ਦੀ ਸੁਰੱਖਿਆ ਪਰਿਸ਼ਦ ਦੇ ਵਿੱਚ ਵਿਟੋ ਪਾਵਰ ਨਹੀਂ ਹੈ? ਤਾਂ ਇਹ ਜਪਾਨ ਕੋਲ ਨਹੀਂ ਹੈਗੀ, USA ਕੋਲ ਹੈ, ਚਾਈਨਾ ਕੋਲ ਹੈ, UK ਕੋਲ ਹੈ, ਜਪਾਨ ਕੋਲ ਇਹ ਨਹੀਂ ਹੈ। ਤਾਂ ਇਸਦਾ ਜਿਹੜਾ ਬੀ ਉੱਤਰ ਬਿਲਕੁਲ ਸਹੀ ਰਹੇਗਾ। ਨੈਕਸਟ ਦੇਖੋ, ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕੀ ਹੈ? ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕੀ ਹੈ? 61 ਸਾਲ ਹੈ, 62 ਸਾਲ ਹੈ, 63 ਸਾਲ ਹੈ, 65 ਸਾਲ ਹੈ? ਤਾਂ ਇਹ 65 ਸਾਲ ਹੈ। ਕੁਸ਼ਚਨ ਦਾ ਜਿਹੜਾ ਸਹੀ ਉੱਤਰ ਹੈ ਉਹ ਆਪਸ਼ਨ ਡੀ ਬਿਲਕੁਲ ਸਹੀ ਹੈ। ਠੀਕ ਹੈ, ਸੁਪਰੀਮ ਕੋਰਟ ਦੇ ਜੱਜ ਦੀ ਇਹ। ਅਗਲਾ ਪ੍ਰਸ਼ਨ ਇਹਦੇ ਨਾਲ ਹੀ ਹੈ, ਮਿਲਦਾ ਜੁਲਦਾ ਹੀ ਹੈ। ਇਸ ਦੇ ਵਿੱਚ ਕੀ ਪੁੱਛਿਆ ਇਹਨਾਂ ਨੇ? ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕੀ ਹੈ? ਠੀਕ ਹੈ, ਤਾਂ ਇਹ ਹੈ 62 ਸਾਲ। ਠੀਕ ਹੈ ਜੀ, 62 ਸਾਲ। ਸੁਪਰੀਮ ਕੋਰਟ ਦਾ ਜੱਜ ਜਿਹੜਾ ਹੈ ਉਹ 65 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੁੰਦਾ, ਔਰ ਹਾਈ ਕੋਰਟ ਦਾ ਜੱਜ 62 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੁੰਦਾ ਹੈ। ਠੀਕ ਹੈ ਜੀ, ਅੱਗੇ ਦੇਖੋ, ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਕਿਹੜਾ ਆਰਟੀਕਲ ਧਰਮ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ? ਤਾਂ ਇਹ ਦਿੰਦਾ ਹੈ ਆਰਟੀਕਲ ਨੰਬਰ 28 ਧਰਮ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਨੈਕਸਟ ਪ੍ਰਸ਼ਨ ਦੇਖੋ, ਸਰਕਾਰੀਆ ਕਮਿਸ਼ਨ ਮਸ਼ਹੂਰ ਹੈ। ਆਪਣੇ ਕੋਲ ਆਪਸ਼ਨ ਨੇ ਰਿਜ਼ਰਵੇਸ਼ਨ ਪਾਲਿਸੀ ਦੇ ਲਈ, ਰਾਸ਼ਟਰਪਤੀ ਦੇ ਅਧਿਕਾਰ ਦੇ ਲਈ, ਕੇਂਦਰ ਰਾਜ ਸੰਬੰਧ ਦੇ ਲਈ, ਜਾਂ ਫਿਰ ਭਾਸ਼ਾ ਨੀਤੀ ਦੇ ਲਈ। ਸਰਕਾਰੀਆ ਕਮਿਸ਼ਨ ਜਿਹੜਾ ਹੈ ਉਹ ਮਸ਼ਹੂਰ ਹੈ ਕੇਂਦਰ ਰਾਜ ਸੰਬੰਧ ਦੇ ਲਈ। ਇਹ ਜਿਹੜਾ ਸਰਕਾਰੀਆ ਕਮਿਸ਼ਨ ਹੈ ਇਹਦਾ ਗਠਨ ਭਾਰਤ ਸਰਕਾਰ ਨੇ 9 ਜੂਨ 1983 ਦੇ ਵਿੱਚ ਕੀਤਾ ਸੀ। ਠੀਕ ਹੈ ਜੀ, ਅਤੇ ਇਸ ਦੇ ਜਿਹੜਾ ਅਧਿਆਪਕ ਸੀਗਾ ਉਹ ਉਸ ਟਾਈਮ ਦਾ ਰਿਟਾਇਰ ਜੱਜ ਸੀ,
ਠੀਕ ਹੈ ਜੀ, ਜਿਸ ਦਾ ਨਾਮ ਸੀ ਰਣਜੀਤ ਸਿੰਘ ਸਰਕਾਰੀਆ, ਅਤੇ ਉਸ ਦੇ ਨਾਮ ਦੇ ਉੱਤੇ ਇਹ ਕਮਿਸ਼ਨ ਦਾ ਨਾਮ ਸਰਕਾਰੀਆ ਕਮਿਸ਼ਨ ਹੈ। ਠੀਕ ਹੈ ਜੀ, ਨੈਕਸਟ ਦੇਖੋ ਅਗਲਾ ਪ੍ਰਸ਼ਨ। ਭਾਰਤੀ ਚੋਣ ਕਮਿਸ਼ਨ ਕਦੋਂ ਹੋਂਦ ਵਿੱਚ ਆਇਆ? ਭਾਰਤੀ ਚੋਣ ਕਮਿਸ਼ਨ ਕਦੋਂ ਹੋਂਦ ਦੇ ਵਿੱਚ ਆਇਆ? ਇਹ ਆਇਆ ਸੀ ਜਨਵਰੀ 25, 1950 ਈਸਵੀ ਨੂੰ। ਠੀਕ ਹੈ ਜੀ, ਜਨਵਰੀ 25, 1950। ਨੈਕਸਟ ਦੇਖੋ ਅਗਲਾ ਪ੍ਰਸ਼ਨ ਆਪਣੇ ਕੋਲ ਕੀ ਹੈ। ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ? ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ? ਸੁਨੀਲ ਅਰੋੜਾ ਹੈ, ਓ ਪੀ ਰਾਵਤ ਹੈ, ਏ ਕੇ ਜੋਤੀ ਹੈ, ਜਾਂ ਫਿਰ ਐੱਚ ਐੱਸ ਬ੍ਰਹਮਾ ਹੈ? ਠੀਕ ਹੈ, ਤਾਂ ਇਹਨਾਂ ਚਾਰ ਆਪਸ਼ਨਾਂ ਦੇ ਹਿਸਾਬ ਦੇ ਨਾਲ ਆਪਸ਼ਨ ਏ ਸਹੀ ਹੈ, ਕਿਉਂਕਿ ਜਿਸ ਸਮੇਂ ਇਹ ਪੇਪਰ ਹੋਇਆ ਸੀ ਉਸ ਸਮੇਂ ਸੁਨੀਲ ਅਰੋੜਾ ਭਾਰਤ ਦਾ ਚੋਣ ਕਮਿਸ਼ਨਰ ਸੀਗਾ। ਠੀਕ ਹੈ, ਜਦਕਿ ਅੱਜ ਦੀ ਡੇਟ ਦੇ ਵਿੱਚ 2024 ਦੇ ਵਿੱਚ ਜਿਹੜਾ ਹੈ ਡਾਕਟਰ ਸੁਖਬੀਰ ਸਿੰਘ ਸੰਧੂ, ਇਹ ਭਾਰਤ ਦਾ ਚੋਣ ਕਮਿਸ਼ਨਰ ਹੈ। ਠੀਕ ਹੈ ਜੀ, ਮੁੱਖ ਚੋਣ ਕਮਿਸ਼ਨਰ ਹੈ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਸੁਖਬੀਰ ਸਿੰਘ ਸੰਧੂ, ਸਾਲ 2024 ਦੇ ਵਿੱਚ ਮੌਜੂਦਾ ਟਾਈਮ ਦੇ ਵਿੱਚ ਇਹ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਹੈ। ਠੀਕ ਹੈ, ਜਦਕਿ ਆਪਸ਼ਨ ਦੇ ਹਿਸਾਬ ਨਾਲ ਆਪਸ਼ਨ ਏ ਸਹੀ ਹੈ। ਠੀਕ ਹੈ, ਬਟ ਹੁਣ ਚੇਂਜ ਹੋ ਗਿਆ ਹੈ ਅਤੇ ਡਾਕਟਰ ਸੁਖਬੀਰ ਸਿੰਘ ਸੰਧੂ ਜਿਹੜਾ ਹੈ ਉਹ ਮੁੱਖ ਚੋਣ ਕਮਿਸ਼ਨਰ ਹੈ। ਨੈਕਸਟ ਦੇਖੋ, ਜਸਟਿਸ ਕੁਲਦੀਪ ਸਿੰਘ ਨੂੰ ਹੱਦਬੰਦੀ ਕਮਿਸ਼ਨ ਦਾ ਚੇਅਰਪਰਸਨ ਕਦੋਂ ਨਿਯੁਕਤ ਕੀਤਾ ਗਿਆ? ਜਸਟਿਸ ਕੁਲਦੀਪ ਸਿੰਘ ਨੂੰ ਹੱਦਬੰਦੀ ਕਮਿਸ਼ਨ ਦਾ ਚੇਅਰਪਰਸਨ ਕਦੋਂ ਨਿਯੁਕਤ ਕੀਤਾ ਗਿਆ ਸੀ? ਜੁਲਾਈ 2000 'ਚ, ਜੁਲਾਈ 2001 'ਚ, ਜੁਲਾਈ 2002 'ਚ, ਜਾਂ ਫਿਰ ਜੁਲਾਈ 2003 'ਚ? ਤਾਂ ਇਹ ਕੀਤਾ ਗਿਆ ਸੀ ਜੁਲਾਈ 2002 ਦੇ ਵਿੱਚ, ਆਪਸ਼ਨ ਸੀ ਹੈ, ਬਿਲਕੁਲ ਸਹੀ। ਅਤੇ ਉਸ ਤੋਂ ਪਹਿਲਾਂ ਇਸ ਦੇ ਤਿੰਨ ਹੋਰ ਬੈਠਕਾਂ ਹੋਈਆਂ ਸੀ ਇਹਨਾਂ ਦੀਆਂ। ਠੀਕ ਹੈ ਜੀ, ਜਿਸ ਦੇ ਵਿੱਚ ਪਹਿਲੀ ਹੋਈ ਸੀ 1553 ਦੇ ਵਿੱਚ, ਫਿਰ ਹੋਈ ਸੀ 1953 ਦੇ ਵਿੱਚ, ਫਿਰ ਹੋਈ ਸੀ 1952 ਦੇ ਵਿੱਚ, ਫਿਰ ਹੋਈ ਸੀ 1963 ਦੇ ਵਿੱਚ, ਫਿਰ ਹੋਈ ਸੀ 1973 'ਚ, ਔਰ ਇਹ ਚੌਥੀ ਸੀਗੀ ਜਿਹੜੀ ਕਿ 2002 ਦੇ ਵਿੱਚ ਹੋਈ ਸੀ। ਠੀਕ ਹੈ, ਇਹਨਾਂ ਦਾ ਗਠਨ ਅਲੱਗ ਅਲੱਗ ਟਾਈਮ ਦੇ ਉੱਤੇ ਹੋਇਆ। ਪਹਿਲਾਂ 1952 ਦੇ ਵਿੱਚ ਹੋਇਆ ਗਠਨ ਇਸਦਾ, ਇਸ ਕਮੇਟੀ ਦੇ ਲਈ। ਠੀਕ ਹੈ ਜੀ, ਹੱਦਬੰਦੀ ਕਮਿਸ਼ਨ ਦੇ ਲਈ। ਫਿਰ 1963 'ਚ ਹੋਇਆ, ਫਿਰ 1973 'ਚ ਹੋਇਆ, ਔਰ ਉਸ ਤੋਂ ਬਾਅਦ ਇਸ ਦਾ ਜਿਹੜਾ ਗਠਨ ਕੀਤਾ ਗਿਆ 2002 ਦੇ ਵਿੱਚ ਕੀਤਾ ਗਿਆ। ਨੈਕਸਟ ਦੇਖੋ, ਕੌਣ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਹੀਂ ਸੀ? ਕੌਣ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਹੀਂ ਸੀ ਜਾਂ ਨਹੀਂ ਰਿਹਾ? ਕੌਣ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਹੀਂ ਸੀ? ਤਾਂ ਦੇਖੋ ਆਪਣੇ ਕੋਲ ਜਿਹੜੇ ਆਪਸ਼ਨ ਨੇ ਉਹਦੇ ਵਿੱਚ ਪਹਿਲਾ ਆਪਸ਼ਨ ਹੈ ਐੱਸ ਵਾਈ ਕੁਰੈਸ਼ੀ, ਇਹ ਸੀ, ਇਹ 17ਵੇਂ ਚੋਣ ਕਮਿਸ਼ਨਰ ਸੀਗੇ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਦੇਖੋ ਆਰ ਕੇ ਤ੍ਰਿਵੇਦੀ, ਇਹ 7ਵੇਂ ਚੋਣ ਕਮਿਸ਼ਨਰ ਸੀਗੇ। ਐੱਮ ਐੱਸ ਗਿੱਲ, ਇਹ 11ਵੇਂ ਚੋਣ ਕਮਿਸ਼ਨਰ ਸੀ। ਇਹ ਬਚ ਗਿਆ ਆਪਣੇ ਕੋਲ ਆਪਸ਼ਨ ਡੀ, ਐੱਨ ਕੇ ਸਿੰਘ, ਇਹ ਕਦੇ ਭਾਰਤ ਦਾ ਚੋਣ ਕਮਿਸ਼ਨਰ ਨਹੀਂ ਰਿਹਾ। ਠੀਕ ਹੈ ਜੀ, ਮੁੱਖ ਚੋਣ ਕਮਿਸ਼ਨਰ ਇਹ ਨਹੀਂ ਰਹੇ, ਬਾਕੀ ਤਿੰਨ ਆਪਸ਼ਨ ਏ ਬੀ ਸੀ ਇਹ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਹੇ ਹਨ ਆਪਦੇ ਆਪਦੇ ਸਮੇਂ ਦੇ ਵਿੱਚ। ਠੀਕ ਹੈ ਜੀ, ਤਾਂ ਆਪਾਂ ਤੋਂ ਪੁੱਛਿਆ ਗਿਆ ਕਿ ਕਿਹੜਾ ਇਹਨਾਂ ਦੇ ਵਿੱਚੋਂ ਚੋਣ ਕਮਿਸ਼ਨਰ ਨਹੀਂ ਸੀ, ਤਾਂ ਐੱਨ ਕੇ ਸਿੰਘ ਜਿਹੜਾ ਹੈ ਉਹ ਨਹੀਂ ਸੀ। ਠੀਕ ਹੈ ਜੀ, ਅੱਗੇ ਦੇਖੋ,
ਨੋਟਾ ਸ਼ਬਦ ਕਿਸ ਲਈ ਵਰਤਿਆ ਜਾਂਦਾ ਹੈ? ਮੁਦਰਾ ਦੇ ਲਈ, ਚੋਣ ਦੇ ਲਈ, ਰੇਸਿੰਗ ਦੇ ਲਈ ਜਾਂ ਫਿਰ ਦਵਾਈ ਦੇ ਲਈ? ਨੋਟਾ ਸ਼ਬਦ ਵਰਤਿਆ ਜਾਂਦਾ ਹੈ ਚੋਣ ਦੇ ਲਈ, ਵੋਟਾਂ ਦੇ ਲਈ। ਨੋਟਾ ਦਾ ਅਰਥ ਹੁੰਦਾ ਹੈ ਨੋਟ, ਨੋਨ ਆਫ ਦਾ ਅਬਵ, ਨੋਨ ਆਫ ਦਾ ਅਬਵ, ਠੀਕ ਹੈ ਜੀ। ਨੋਟਾ ਦਾ ਅਰਥ ਹੁੰਦਾ ਹੈ ਨੋਨ ਆਫ ਦਾ ਅਬਵ। ਨੈਕਸਟ ਦੇਖੋ, ILO ਦਾ ਮੁੱਖ ਦਫ਼ਤਰ ਕਿੱਥੇ ਹੈ? ILO ਦਾ ਮੁੱਖ ਦਫ਼ਤਰ ਕਿੱਥੇ ਹੈ? ILO ਜਿਹੜਾ ਹੈ ਉਹ ਸਟੈਂਡ ਕਰਦਾ ਹੈ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਦੇ ਨਾਲ, ਠੀਕ ਹੈ ਜੀ। ਅਤੇ ਇਸਦਾ ਮੁੱਖ ਦਫ਼ਤਰ ਪੁੱਛਿਆ ਗਿਆ ਜਨੇਵਾ ਦੇ ਵਿੱਚ ਹੈ, ਠੀਕ ਹੈ, ਜਨੇਵਾ ਦੇ ਵਿੱਚ ਹੈ ਇਸਦਾ ਮੁੱਖ ਦਫ਼ਤਰ ILO ਦਾ, ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਦਾ, ILO ਦਾ। ਅੱਗੇ ਦੇਖੋ, ਕੇਸ਼ਵਾਨੰਦ ਭਾਰਤੀ ਕੇਸ ਕਿਸ ਨਾਲ ਜੁੜਿਆ ਹੋਇਆ ਹੈ? ਕੇਸ਼ਵਾਨੰਦ ਭਾਰਤੀ ਕੇਸ ਕਿਸ ਨਾਲ ਜੁੜਿਆ ਹੋਇਆ ਹੈ? ਤਾਂ ਇਹ ਜੁੜਿਆ ਹੋਇਆ ਹੈ ਸੰਵਿਧਾਨ ਦੇ ਮੁੱਢਲੇ ਢਾਂਚੇ ਦੇ ਨਾਲ, ਸੰਵਿਧਾਨ ਦੇ ਮੁੱਢਲੇ ਢਾਂਚੇ ਦੇ ਨਾਲ ਜੁੜਿਆ ਹੋਇਆ ਹੈ ਕੇਸ਼ਵਾਨੰਦ ਭਾਰਤੀ ਕੇਸ। ਮੰਡਲ ਕਮਿਸ਼ਨ ਕਿਸ ਨਾਲ ਨਜਿੱਠਦਾ ਹੈ? ਮੰਡਲ ਕਮਿਸ਼ਨ ਕਿਸ ਨਾਲ ਨਜਿੱਠਦਾ ਹੈ? ਤਾਂ ਇਹ ਨਜਿੱਠਦਾ ਹੈ ਪਿਛੜੀਆਂ ਸ਼੍ਰੇਣੀਆਂ ਦੇ ਵਿਕਾਸ ਦੇ ਲਈ, ਠੀਕ ਹੈ, ਪਿਛਲੀਆਂ ਸ਼੍ਰੇਣੀਆਂ ਦੇ ਵਿਕਾਸ ਦੇ ਲਈ ਇਹ ਕੰਮ ਕਰਦਾ ਹੈ, ਠੀਕ ਹੈ ਜੀ। ਔਰ ਇਸ ਕਮਿਸ਼ਨ ਦੀ ਜਿਹੜੀ ਸਥਾਪਨਾ ਹੋਈ ਸੀ 1 ਜਨਵਰੀ 1979 ਦੇ ਵਿੱਚ ਹੋਈ ਸੀਗੀ, ਠੀਕ ਹੈ, ਆਪਸ਼ਨ ਇਹ ਸਹੀ ਹੈ ਇਸਦਾ। ਅਗਲਾ ਪ੍ਰਸ਼ਨ ਦੇਖੋ, DMK ਪਾਰਟੀ ਮੁੱਖ ਤੌਰ 'ਤੇ ਚੱਲਦੀ ਹੈ? DMK ਪਾਰਟੀ ਕਿਹੜੇ ਪ੍ਰਦੇਸ਼ 'ਚ ਚੱਲਦੀ ਹੈ? ਤਾਂ ਇਹ ਚੱਲਦੀ ਹੈ ਤਾਮਿਲਨਾਡੂ ਦੇ ਵਿੱਚ। ਅੱਗੇ ਦੇਖੋ, ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਚਿਪਕੋ ਮੂਵਮੈਂਟ ਦਾ ਅਰਥ ਹੈ, ਚਿਪਕੋ ਮੂਵਮੈਂਟ ਦਾ ਅਰਥ ਹੈ ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ, ਲਿੰਗ ਸਮਾਨਤਾ, ਉਪਭੋਗਤਾਵਾਦ, ਪੋਲੀਓ ਜਾਗਰੂਕਤਾ। ਤਾਂ ਇਹ ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ, ਠੀਕ ਹੈ ਜੀ, ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਹੈ ਚਿਪਕੋ ਮੂਵਮੈਂਟ। ਨੈਕਸਟ ਕੁਸ਼ਚਨ ਦੇਖੋ, ਭਾਰਤ ਵਿੱਚ ਕਿਹੜਾ ਪਾਰਟੀ ਸਿਸਟਮ ਪ੍ਰਬਲ ਹੈ? ਭਾਰਤ ਦੇ ਵਿੱਚ ਕਿਹੜਾ ਪਾਰਟੀ ਸਿਸਟਮ ਪ੍ਰਬਲ ਹੈ? ਤਾਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਹਨ, ਠੀਕ ਹੈ, ਹਰ ਇੱਕ ਸਟੇਟ ਦੀ ਅਲੱਗ ਪਾਰਟੀ ਹੈ, ਸੈਂਟਰ ਦੀ ਅਲੱਗ ਪਾਰਟੀ ਹੈ, ਇੱਕ ਸਟੇਟ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਹਨ, ਠੀਕ ਹੈ। ਤਾਂ ਇਹ ਹੈ ਬਹੁ ਪਾਰਟੀ ਸਿਸਟਮ, ਸੀ ਆਪਸ਼ਨ ਸਹੀ ਹੈ ਇਸਦੇ ਵਿੱਚ। ਨੈਕਸਟ ਕੁਸ਼ਚਨ ਦੇਖੋ, ਭਗਵੰਤ ਮਾਨ ਕਿਸ ਪਾਰਟੀ ਨਾਲ ਸੰਬੰਧਿਤ ਹੈ? ਭਗਵੰਤ ਮਾਨ ਕਿਸ ਪਾਰਟੀ ਨਾਲ ਸੰਬੰਧਿਤ ਹੈ? ਤਾਂ ਇਹ ਆਪ ਨਾਲ ਸੰਬੰਧਿਤ ਹੈ, ਆਪਸ਼ਨ ਏ ਇਸਦਾ ਬਿਲਕੁਲ ਸਹੀ ਹੈ। ਨੈਕਸਟ ਦੇਖੋ, ਪੰਜਾਬ ਵਿਧਾਨ ਸਭਾ ਦਾ ਸਪੀਕਰ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਹੈ? ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੀਕਰ ਹੈ ਮੌਜੂਦਾ ਸਮੇਂ ਦੇ ਵਿੱਚ, ਠੀਕ ਹੈ ਜੀ, ਗੁਲਤਾਰ ਸਿੰਘ ਸਿੱਧਵਾ, ਉਹ ਆਪ ਪਾਰਟੀ ਨਾਲ ਸੰਬੰਧਿਤ ਰੱਖਦਾ ਹੈ, ਠੀਕ ਹੈ। ਉਸ ਤੋਂ ਪਹਿਲਾਂ ਜਿਸ ਸਮੇਂ ਇਹ ਪੇਪਰ ਹੋਇਆ ਸੀ, ਠੀਕ ਹੈ, ਉਸ ਸਮੇਂ ਇਹ INC ਪਾਰਟੀ ਨਾਲ ਸੰਬੰਧ ਰੱਖਦਾ ਸੀ, ਇੰਡੀਅਨ ਨੈਸ਼ਨਲ ਕਾਂਗਰਸ ਨਾਲ, ਠੀਕ ਹੈ, ਪਰੰਤੂ ਜਿਹੜਾ ਹੁਣ ਹੈ ਮੌਕੇ ਦੇ ਉੱਤੇ ਉਹ ਆਪ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ, ਨਾਮ ਹੈ ਕੁਲਤਾਰ ਸਿੰਘ ਸਿੰਧਵਾ, ਠੀਕ ਹੈ। ਅੱਗੇ ਦੇਖੋ, ਭਾਰਤ ਵਿੱਚ ਆਮ ਚੋਣਾਂ ਦਾ ਅਧਿਕਾਰ ਹੈ, ਭਾਰਤ ਵਿੱਚ ਆਮ ਚੋਣਾਂ ਦਾ ਅਧਿਕਾਰ ਹੈ, ਠੀਕ ਹੈ। ਤਾਂ ਇਹ ਬਾਲਗ ਸਰਫੇਜ ਆਏਗਾ, ਠੀਕ ਹੈ ਜੀ, ਬਾਲਗ ਸਰਫੇਜ, 18 ਸਾਲ ਦਾ ਜਿਹੜਾ ਵੀ ਵਿਅਕਤੀ ਹੋ ਗਿਆ ਉਸਨੂੰ ਵੋਟ ਪਾਉਣ ਦਾ ਅਧਿਕਾਰ ਹੈ, ਠੀਕ ਹੈ।
ਆਪਸ਼ਨ ਏ ਇਸ ਦਾ ਬਿਲਕੁਲ ਸਹੀ ਹੈ। ਅੱਗੇ ਦੇਖੋ, ਅੱਛੇ ਦਿਨ ਦਾ ਨਾਅਰਾ ਕਿਸਨੇ ਦਿੱਤਾ ਸੀ? ਅੱਛੇ ਦਿਨ ਦਾ ਨਾਅਰਾ ਖੈਰ ਆਏ ਤਾਂ ਹੈ ਨਹੀਂ, ਪਰੰਤੂ ਫਿਰ ਵੀ ਇਹ ਨਾਅਰਾ ਕਿਸਨੇ ਦਿੱਤਾ ਸੀ? ਤਾਂ ਇਹ ਦਿੱਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ। ਆਪਸ਼ਨ ਏ ਇਸ ਦਾ ਬਿਲਕੁਲ ਸਹੀ ਹੈ। ਠੀਕ ਹੈ, ਅੱਛੇ ਦਿਨ ਆਏਗੇ, ਇਹ ਨਾਅਰਾ ਦਿੱਤਾ ਸੀਗਾ ਨਰਿੰਦਰ ਮੋਦੀ ਨੇ। ਨੈਕਸਟ ਦੇਖੋ, 1977 ਵਿੱਚ ਜਨਤਾ ਪਾਰਟੀ ਸਰਕਾਰ ਦੀ ਅਗਵਾਈ ਕਿਸਨੇ ਕੀਤੀ ਸੀ? 1977 ਦੇ ਵਿੱਚ ਜਨਤਾ ਪਾਰਟੀ ਸਰਕਾਰ ਦੀ ਅਗਵਾਈ ਕਿਸਨੇ ਕੀਤੀ ਸੀ? ਤਾਂ ਇਹ ਕੀਤੀ ਸੀ ਮੁਰਾਰਜੀ ਦੇਸਾਈ ਨੇ। ਮੁਰਾਰਜੀ ਦੇਸਾਈ ਨੇ ਕੀਤੀ ਸੀਗੀ ਅਗਵਾਈ 1977 ਦੇ ਵਿੱਚ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲ, ਜੈਪ੍ਰਕਾਸ਼ ਨਾਰਾਇਣ ਨੂੰ ਜਾਣਿਆ ਜਾਂਦਾ ਹੈ? ਜੈਪ੍ਰਕਾਸ਼ ਨਾਰਾਇਣ ਨੂੰ ਜਾਣਿਆ ਜਾਂਦਾ ਹੈ, ਇਹਨਾਂ ਨੂੰ ਜਾਣਿਆ ਜਾਂਦਾ ਹੈ ਟੋਟਲ ਰੈਵੋਲਿਊਸ਼ਨ ਦੇ ਲਈ। ਆਪਸ਼ਨ ਏ ਇਸ ਦਾ ਬਿਲਕੁਲ ਸਹੀ ਉੱਤਰ ਹੈ। ਠੀਕ ਹੈ ਜੀ, ਤਾਂ ਜਿਹੜੀ ਇਹ ਸੀਗੀ ਟੋਟਲ ਰੈਵੋਲਿਊਸ਼ਨ, ਜੈਪ੍ਰਕਾਸ਼ ਦਾ ਨਾਅਰਾ ਸੀਗਾ, ਉਹਨਾਂ ਦਾ ਵਿਚਾਰ ਸੀਗਾ। ਠੀਕ ਹੈ, ਜਿਹਦਾ ਵਾਹਨ ਉਹਨਾਂ ਨੇ ਕੀਤਾ ਸੀਗਾ, ਕਹਿੰਦੇ ਇੰਦਰਾ ਗਾਂਧੀ ਦੀ ਸੱਤਾ ਉਖਾੜਨ ਦੇ ਤੌਰ ਦੇ ਉੱਤੇ ਉਹਨਾਂ ਨੇ ਇਸ ਨੂੰ ਸ਼ੁਰੂ ਕੀਤਾ ਸੀਗਾ, ਅਤੇ ਲੋਕ ਨਾਇਕ ਕਿਹਾ ਜਾਂਦਾ ਜੈਪ੍ਰਕਾਸ਼ ਨਾਰਾਇਣ ਨੂੰ। ਠੀਕ ਹੈ ਜੀ, ਜੈਪ੍ਰਕਾਸ਼ ਨਾਰਾਇਣ ਨੂੰ ਲੋਕ ਨਾਇਕ ਕਿਹਾ ਜਾਂਦਾ ਹੈ। ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਕਦੋਂ ਪੁਨਰਗਠਿਤ ਕੀਤਾ ਗਿਆ? ਪੰਜਾਬ ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਕਦੋਂ ਪੁਨਰਗਠਿਤ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀ 1966 ਈਸਵੀ ਦੇ ਵਿੱਚ, ਨਵੰਬਰ 1966 ਦੇ ਵਿੱਚ। ਠੀਕ ਹੈ, ਨਵੰਬਰ 66 ਈਸਵੀ ਦੇ ਵਿੱਚ ਸੀ। ਆਪਸ਼ਨ ਬਿਲਕੁਲ ਸਹੀ ਹੈ ਇਸਦਾ। ਨੈਕਸਟ ਪ੍ਰਸ਼ਨ ਦੇਖੋ, ਸੰਤ ਫਤਿਹ ਸਿੰਘ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਸਨ? ਸੰਤ ਫਤਿਹ ਸਿੰਘ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਸੀ? ਤਾਂ ਉਹ ਰੱਖਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਸੀ। ਠੀਕ ਹੈ ਜੀ, ਇਹ ਆਪਸ਼ਨ ਬਿਲਕੁਲ ਸਹੀ ਹੈ ਇਸਦਾ। ਅੱਗੇ ਦੇਖੋ, ਬਲਵੰਤ ਰਾਏ ਮਹਿਤਾ ਕਮੇਟੀ ਨੇ ਕਿਸ ਨਾਲ ਨਿਪਟਿਆ? ਬਲਵੰਤ ਰਾਏ ਮਹਿਤਾ ਕਮੇਟੀ ਨੇ ਕਿਸ ਨਾਲ ਨਿਪਟਿਆ ਸੀ? ਤਾਂ ਇਹ ਨਿਪਟਿਆ ਸੀ ਇਹਨਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ। ਆਪਸ਼ਨ ਸੀ ਇਸਦਾ ਬਿਲਕੁਲ ਸਹੀ ਉੱਤਰ ਹੈ। ਠੀਕ ਹੈ ਜੀ, ਅੱਗੇ ਦੇਖੋ, ਚੇਅਰਮੈਨ ਕਿਸਦਾ ਮੁਖੀ ਹੈ? ਚੇਅਰਮੈਨ ਕਿਸਦਾ ਮੁਖੀ ਹੈ? ਜ਼ਿਲ੍ਹਾ ਪਰਿਸ਼ਦ ਦਾ, ਪੰਚਾਇਤ ਸਮਿਤੀ ਦਾ, ਬਲਾਕ ਸਮਿਤੀ ਦਾ, ਜਾਂ ਫਿਰ ਮਿਊਂਸੀਪਲ ਕਾਰਪੋਰੇਸ਼ਨ ਦਾ? ਤਾਂ ਇਹ ਮਿਊਂਸੀਪਲ ਕਾਰਪੋਰੇਸ਼ਨ ਦਾ ਮੁਖੀ ਹੁੰਦਾ ਹੈ ਚੇਅਰਮੈਨ। ਠੀਕ ਹੈ, ਚੇਅਰਮੈਨ ਜਿਹੜਾ ਮੁਖੀ ਹੁੰਦਾ ਹੈ ਉਹ ਮਿਊਂਸੀਪਲ ਕਾਰਪੋਰੇਸ਼ਨ ਦਾ ਹੁੰਦਾ ਹੈ। ਨੈਕਸਟ ਦੇਖੋ, ਅਨੰਦਪੁਰ ਸਾਹਿਬ ਰੀਸੋਲਿਊਸ਼ਨ ਕਿਸ ਲਈ ਜਾਣਿਆ ਜਾਂਦਾ ਹੈ? ਅਨੰਦਪੁਰ ਸਾਹਿਬ ਰੈਸੋਲਿਊਸ਼ਨ ਕਿਸ ਲਈ ਜਾਣਿਆ ਜਾਂਦਾ ਹੈ? ਤਾਂ ਇਹ ਜਾਣਿਆ ਜਾਂਦਾ ਹੈ ਰਾਤ ਦੀ ਖੁਦਮੁਖਤਿਆਰੀ ਦੇ ਲਈ। ਠੀਕ ਹੈ ਜੀ, ਸੀ ਆਪਸ਼ਨ ਇਸਦਾ ਸਹੀ ਰਹੇਗਾ। ਕਿਹੜੀ ਪਾਰਟੀ ਰਾਜਸਥਾਨ ਰਾਜ ਦਾ ਪ੍ਰਬੰਧ ਕਰ ਰਹੀ ਹੈ? ਕਿਹੜੀ ਪਾਰਟੀ ਰਾਜਸਥਾਨ ਦਾ ਪ੍ਰਬੰਧ ਕਰ ਰਹੀ ਹੈ? ਤਾਂ ਇਸ ਸਮੇਂ ਉੱਥੇ ਜਿਹੜਾ ਹੈ ਉਹ ਬੀਜੇਪੀ ਦਾ ਰਾਜ ਹੈ। ਠੀਕ ਹੈ, ਜਿਹਦੇ ਵਿੱਚ ਭਾਜਨ ਲਾਲ ਸ਼ਰਮਾ ਜਿਹੜਾ ਹੈ ਉਹ CM ਹੈ। ਠੀਕ ਹੈ ਜੀ, ਭਾਜਨ ਲਾਲ ਸ਼ਰਮਾ। ਠੀਕ ਹੈ, ਇਹ ਆਪਸ਼ਨ ਇਸਦਾ ਸਹੀ ਹੈ ਅੱਜ ਦੇ ਸਮੇਂ ਦੇ ਅਕੋਰਡਿੰਗ। ਠੀਕ ਹੈ ਜੀ, ਭਾਜਨ ਲਾਲ ਸ਼ਰਮਾ ਜਿਹੜਾ ਹੈ ਉੱਥੇ CM ਹੈ। ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ, ਜਿਸ ਦੇ ਵਿੱਚ ਆਪਾਂ ਨੇ ਸਿਵਿਕਸ ਪਾਰਟ ਨੂੰ ਪੂਰਾ ਕਵਰ ਕਰ ਲਿਆ। ਇਸ ਤੋਂ ਪਹਿਲਾਂ ਸਿਵਿਕਸ ਦੇ 2 ਪਾਰਟ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੇ ਹੋਏ ਹਨ, ਔਰ ਇਹ 3 ਪਾਰਟ ਸੀ। ਠੀਕ ਹੈ ਜੀ, ਅਤੇ ਆਸ਼ਾ ਕਰਦੇ ਹਾਂ ਕਿ ਇਹ ਤੁਹਾਡੇ ਲਈ ਲਾਹੇਵੰਦ ਹੋਏਗਾ। ਆਪਣੇ ਚੈਨਲ ਦੇ ਨਾਲ ਜੁੜੇ ਰਹੀ ਹੋ ਅਤੇ ਪੰਜਾਬ ਟੈਟ ਦੀ ਤਿਆਰੀ
ਕਰਦੇ ਰਹੋ। ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।